ਡਾਕਟਰ ਨਰਿੰਦਰ ਸਿੰਘ ਕਪੂਰ ਦਾ ਲੇਖ ਪਗੋੜਾ ਜੀਵਨ ਦਾ ਬਾਕੀ ਦਾ ਹਿੱਸਾ ਇੱਕ ਪਗੋੜੇ ਨੂੰ ਪੁਲਿਸ 23 ਸਾਲ ਨਾ ਫੜ ਸਕੇ ਉਹ ਅਮਰੀਕਾ 'ਚ ਕਤਲ ਕਰਨ ਤੇ ਬੈਂਕ ਲੁੱਟਣ ਜੇ ਅਪਰਾਧਾਮਗਰੋਂ ਪੁਰਤਗਾਲ ਦੌੜ ਗਿਆ ਸੀ ਨਾਮ ਬਦਲ ਗਿਆ ਸੀ ਜਿੱਥੇ ਅਸਲੀ ਨਾਮ ਵਰਤਨ ਦੀ ਲੋੜ ਪੈਂਦੀ ਸੀ ਉਹਨਾਂ ਸਹੂਲਤਾਂ ਨੂੰ ਵਰਤਦਾ ਹੀ ਨਹੀਂ ਸੀ ਇਹ ਪਗੋੜਾ ਕਾਰ ਨਹੀਂ ਸੀ ਚਲਾਉਂਦਾ ਬੱਸ ਵਿੱਚ ਆਉਂਦਾ ਜਾਂਦਾ ਸੀ ਕ੍ਰੈਡਿਟ ਕਾਰਡ ਨਹੀਂ ਸੀ ਵਰਤਦਾ ਉਨੇ ਪੁਰਤਗਾਲ ਚ ਵਿਆਹ ਕਰਵਾਇਆ ਤੇ ਪਤਨੀ ਨੂੰ ਕਿਹਾ ਕਿ ਕਿਸੇ ਨੂੰ ਦੱਸਣਾ ਨਹੀਂ ਕਿ ਮੈਂ ਕੀ ਕੰਮ ਕਰਦਾ ਉਹਨੇ ਆਪਣੇ ਬਚਾਅ ਦਾ ਸਭ ਤੋਂ ਵੱਡਾ ਪੈਂਤੜਾ ਏ ਵਰਤਿਆ ਕਿ ਉਹਨੇ ਆਪਣੇ ਅਤੀਤ ਨਾਲੋਂ ਨਾਤਾ ਪੂਰਨ ਪਾਂਤ ਤੋੜ ਲਿਆ ਇਹ ਬੜਾ ਮੁਸ਼ਕਿਲ ਹੁੰਦਾ ਹੈ ਉਹਦੇ ਪਰਿਵਾਰ ਨੂੰ ਪਤਾ ਹੀ ਨਹੀਂ ਸੀ ਕਿ ਉਹ ਮਰ ਗਿਆ ਸੀ ਜਾਂ ਜਿਉਂਦਾ ਸੀ ਪੁਰਤਗਾਲ ਚ ਉਹਨੇ ਕੋਈ ਅਪਰਾਧ ਨਾ ਕੀਤਾ ਜਿਸ ਕਾਰਨ ਉਹ ਕਦੇ ਪੁਲਿਸ ਦੇ ਸੰਪਰਕ ਵਿੱਚ ਨਾ ਆਇਆ ਉਸ ਵੱਲ ਕਿਸੇ ਦਾ ਧਿਆਨ ਵੀ ਨਾ ਗਿਆ ਉਹ ਪੁਰਤਗਾਲ ਚ ਜੰਮਿਆ ਨਹੀਂ ਸੀ ਸੋ ਉਸ ਦੇਸ਼ ਦਾ ਨਾਗਰਿਕ ਬਣਨ ਦੇ ਸਬੰਧ ਵਿੱਚ ਉਹਦੀਆਂ ਉਂਗਲਾਂ ਦੇ ਨਿਸ਼ਾਨਾਂ ਦੀ ਲੋੜ ਪਈ ਤੇ ਇਹਨਾਂ ਨਿਸ਼ਾਨਾਂ ਦੇ ਆਧਾਰ 'ਤੇ ਉਹ ਪਗੋੜਿਆਂ ਦੇ ਰਿਕਾਰਡ ਵਿੱਚੋਂ ਉੱਭਰ ਆਇਆ ਹੁਣ ਕੰਪਿਊਟਰ ਕੁਝ ਨਹੀਂ ਬੋਲਦਾ ਕਿਧਰੋਂ ਕਿਧਰੋਂ ਪੁਲਿਸ ਨੂੰ ਪਗੋੜਾ ਲੱਭ ਪੈਂਦਾ ਹੈ ਕਈ ਵਾਰ ਖੋਫੀਆ ਏਜੰਸੀਆਂ ਸਾਥੀਆਂ ਦੇ ਰਿਕਾਰਡ ਤੋਂ ਪਗੋੜੇ ਨੂੰ ਲੱਭ ਲੈਂਦੀਆਂ ਕਈ ਪਗੋੜੇ ਕਾਰ ਦੇ ਚਲਾਮ ਤੋਂ ਪਕੜੇ ਜਾਂਦੇ ਆਂਦੇ जिने ਕਿਸੇ ਵੇਲੇ ਹਵਾਈ ਜਹਾਜ਼ ਦੀ ਯਾਤਰਾ ਕੀਤੀ ਹੋਵੇ ਉਸ ਬਾਰੇ ਸੂਚਨਾ ਕੰਪਿਊਟਰ 'ਚ ਪਈ ਰਹਿੰਦੀ ਹੈ ਪਗੌੜੇ ਫੜੇ ਕਿਵੇਂ ਜਾਂਦੇ ਹੈ ਕਈ ਦੇਸ਼ਾਂ 'ਚ ਖਤਰਨਾਕ ਪਗੌੜਿਆਂ ਨੂੰ ਫੜਨ ਦਾ ਨਹੀਂ ਮਾਰਨ ਦਾ ਯਤਨ ਕੀਤਾ ਜਾਂਦਾ ਹੈ ਫੜਨ ਦਾ ਲਾਭ ਇਹ ਹੁੰਦਾ ਹੈ ਕਿ ਉਹ ਫੜੇ ਗਏ ਪਗੌੜੇ ਤੋਂ ਹੋਰ ਨਾਂ ਬਾਰੇ ਸੂਚਨਾ ਮਿਲਦੀ ਹੈ ਤੇ ਜੋੜ ਤੋੜ ਦੀ ਵਿਧੀ ਨਾਲ ਪੁਲਿਸ ਹੋਰਾਂ ਨੂੰ ਵੀ ਫੜ ਲੈਂਦੀ ਹੈ ਫੜੇ ਗਏ ਪਗੌੜੇ ਨੂੰ ਪੁਲਿਸ ਸਪਸ਼ਟ ਸੰਕੇਤ ਦਿੰਦੀ ਹੈ ਕਿ ਪੁੱਛਤਾਚ ਵਿੱਚ ਸਹਿਯੋਗ ਦਿਓ ਨਹੀਂ ਤਾਂ ਕਈ ਪਗੌੜੇ ਚਰਚਾ ਦੇ ਚਾਹਵਨ ਹੁੰਦੇ ਹਨ ਜਦੋਂ ਚੁੱਪ ਸ਼ਾਂਤੀ ਹੋ ਜਾਂਦੀ ਹੈ ਤੇ ਆਪ ਹੀ ਕਿਸੇ ਨਵੇਂ ਬੰਦੇ ਨੂੰ ਧਮਕੀ ਦੇ ਕੇ ਜਾਂ ਕਿਸੇ ਹੋਰ ਜੁਰਮ ਰਾਹੀਂ ਫਿਰ ਚਰਚਾ ਚ ਆ ਜਾਂਦੇ ਹਨ ਪਗੌੜਿਆਂ ਤੇ ਅਪਰਾਧੀਆਂ 'ਚ ਫੁੱਟਦਾ ਪੈਣਾ ਲਗਭਗ ਪੱਕਾ ਹੁੰਦਾ ਹੈ ਕਈ ਪਗੌੜੇ ਇੱਕ ਦੂਜੇ ਨੂੰ ਪਕੜਵਾ ਦਿੰਦੇ ਹਨ ਕਈ ਆਪਣੇ ਅਪਰਾਧ ਦੀ ਸਜ਼ਾ ਭੁਗਤ ਕੇ ਕਿਸੇ ਨਾ ਕਿਸੇ ਕਾਰਨ ਫਿਰ ਅਪਰਾਧ ਕਰਨ ਲੱਗ ਪੈਂਦੇ ਹਨ ਇੱਕ ڈاکੂ ਨੇ ਅਪਰਾਧ ਦੀ ਦੁਨੀਆ ਤਿਆਗ ਦਿੱਤੀ ਸੀ ਉਦੇਪ ਘੋੜੇਪਣ ਦੌਰਾਨ ਪਤਨੀ ਮਰ ਗਈ ਸੀ ਉਹਨੇ ਆਪਣੀ ਧੀ ਨੂੰ 5 ਸਾਲ ਦੀ ਉਮਰ ਚ ਵੇਖਿਆ ਸੀ ਧੀ ਬਿਮਾਰ ਸੀ ਇਲਾਜ ਲਈ ਪੈਸੇ ਨਹੀਂ ਸਨ ਸੋਚਿਆ ਇੱਕ ਚੋਰੀ ਆਖਰੀ ਚੋਰੀ ਕਰ ਲਵਾਂ ਦੋ ਗਲੀਆਂ ਪਰੇ ਦੋ ਭੈਣਾਂ ਰਹਿੰਦੀਆਂ ਸੀ ਜਿਹੜੀਆਂ ਕੰਮ ਤੇ ਚਲੀਆਂ ਜਾਂਦੀਆਂ ਸਨ ਇਹਨਾਂ ਨੂੰ ਲੁੱਟਣਾ ਸੌਖਾ ਸੀ ਉਹ ਘਰ ਅੰਦਰ ਵੜ ਗਿਆ ਇੱਕ ਭੈਣ ਬਿਮਾਰ ਹੋਣ ਕਰਕੇ ਬਿਸਤਰੇ ਵਿੱਚ ਸੀ ਘਬਰਾ ਗਿਆ ਉਸੇ ਦੀ ਚੁੰਨੀ ਨਾਲ ਉਹਦਾ ਮੂੰਹ ਬੰਦ ਦਿੱਤਾ ਪੈਸੇ ਗੈਣੇ ਲੱਭ ਰਿਆ ਸੀ ਵੀ ਦੂਜੀ ਭੈਣ ਦਵਾਈ ਦੇਣ ਆ ਗਈ ਚੋਰ ਨੇ ਉਹਨੂੰ ਮਾਰਨ ਦਾ ਯਤਨ ਕੀਤਾ ਉਹਨੇ ਕਿਹਾ ਮੈਨੂੰ ਮਾਰਨਾ ਮੈਂ ਕੁਝ ਨਹੀਂ ਕਹਿੰਦੀ ਉਹ ਜਦੋਂ ਚਲਾ ਗਿਆ ਤਾਂ ਭੈਣ ਮਰੀ ਵੇਖ ਕੇ ਉਹਨੇ ਰੋਲਾ ਪਾ ਦਿੱਤਾ ਚੋਰ ਫੜਿਆ ਗਿਆ ਧੀ ਇਲਾਜ ਬਿਨਾ ਮਰ ਗਈ ਚੋਰ ਨੂੰ ਕਤਲਕਾਰਨ ਕੈਦ ਹੋ ਗਈ ਇੱਕ ਪੁੱਤਰ ਨੂੰ ਆਪਣੇ ਪਿਤਾ ਦੀਆਂ ਆਦਤਾਂ ਅਜੀਬ ਲੱਗਦੀਆਂ ਸਨ ਉਹ ਘਰ ਦੇ ਅੰਦਰ ਹਰਬੰਸ ਤੇ ਬਾਹਰ ਮੋਨ ਹੁੰਦਾ ਸੀ ਪਿਤਾ ਪਗੋੜਾ ਸੀ ਫੜੇ ਜਾਣ ਤੇ ਪਤਾ ਲੱਗਾ ਕਿ ਉਹਨੇ ਆਪਣੇ ਭਾਈਵਾਲ ਦਾ ਕਤਲ ਕੀਤਾ ਸੀ ਜਿਪ ਘੋੜਾ ਛੋਟੇ ਸ਼ਹਿਰ ਚ ਰਹੇ ਉਥੇ ਪਛਾਣਿਆ ਜਾਂਦਾ ਇਕ ਵਿਅਕਤੀ ਬੇਰੋਜ਼ਗਾਰ ਸੀ ਵੱਡੀ ਕਾਰ ਲੈ ਆਇਆ ਪੁਲਿਸ ਨੂੰ ਸ਼ੱਕ ਹੋਇਆ ਘੋੜਾ ਨਿਕਲਿਆ ਲੋਕ ਅਕਸਰ ਘੋੜਿਆਂ ਵਿਰੁੱਧ ਹੁੰਦੇ ਹਨ ਕਿਉਂਕਿ ਉਹਨਾਂ ਨੇ નિર્ਦੋਸ਼ ਲੋਕਾਂ ਦੇ ਕਤਲ ਕੀਤੇ ਹੁੰਦੇ ਹਨ ਜਦੋਂ ਘੋੜੇ ਤੇ ਪੁਲਿਸ ਇਨਾਮ ਰੱਖ ਦਿੰਦੀ ਹੈ ਤਾਂ ਇਨਾਮ ਕਾਰਨ ਘੋੜਾ ਆਪਣੇਆਂ ਤੇ ਵੀ ਸ਼ੱਕ ਕਰਦਾ ਹੈ ਇਨਾਮੀ ਪਗੋੜੇ ਨੂੰ ਅਕਸਰ ਮਾਰ ਦਿੱਤਾ ਜਾਂਦਾ ਹੈ। ਪਗੋੜਿਆਂ ਦੇ ਜੀਵਨ ਦਾ ਤਣਾਅ ਉਹਨਾਂ ਨੂੰ ਨਸ਼ਿਆਂ ਦੇ ਰਾਹ ਪਾ ਦਿੰਦਾ ਹੈ। ਉਹ ਨਸ਼ਿਆਂ ਕਾਰਨ ਵੀ ਪਗੋੜੇ ਬਣੇ ਰਹਿੰਦੇ ਐ ਕਿਉਂਕਿ ਜੇਲ੍ਹ 'ਚ ਨਸ਼ੇ ਨਹੀਂ ਮਿਲਣਗੇ। ਪਰਿਵਾਰ ਅਜੇ ਪਗੋੜਿਆਂ ਦੇ ਸੁਧਰਨ ਵਾਪਸ ਆਉਣ ਦੀ ਆਸ ਲਾ ਦਿੰਦਾ ਹੈ। ਨਸ਼ਿਆਂ ਕਾਰਨ ੱਚੜਚੜੇ ਤੇ ਲੜਾਕੇ ਹੋ ਜਾਂਦੇ ਹਨ ਤੇ ਆਪਸ 'ਚ ਲੜ ਪੈਂਦੇ ਹਨ ਤੇ ਫੜੇ ਜਾਂਦੇ ਹਨ। ਹੁਣ ਸੰਸਾਰ ਦੇ ਵੱਖ-ਵੱਖ ਮੁਲਕਾਂ 'ਚ ਪਗੋੜਿਆਂ ਸੰਬੰਧੀ ਸੂਚਨਾ ਦਾ ਆਦਾਨ-ਪ੍ਰਦਾਨ ਵਧ ਰਿਹਾ ਹੈ। ਪਗੋੜੇ ਦੀ ਕੋਸ਼ਿਸ਼ ਹੁੰਦੀ ਹੈ ਕਿ ਦੇਸ਼ ਛੱਡ ਜਾਏ ਉਹ ਜਿੱਥੇ ਜੰਮਿਆ ਪਲਿਆ ਹੁੰਦਾ ਹੈ ਉਥੋਂ ਦੂਰ ਚਲੇ ਜਾਣਾ ਚਾਹੁੰਦਾ ਹੈ ਕਈ ਪਲਾਸਟਿਕ ਸਰਜਰੀ ਨਾਲ ਸ਼ਕਲ ਬਦਲਵਾ ਲੈਂਦੇ ਹਨ ਇੱਕ ਪਗੋੜਾ ਆਪਣੇ ਭਾਰੀ ਪਰਵਟਿਆਂ ਕਾਰਨ ਇੱਕ ਹੋਰ ਆਪਣੇ ਚੌੜੇ ਮੂੰਹ ਕਾਰਨ ਫੜਿਆ ਗਿਆ ਸੀ ਇੱਕ ਪੁਲਿਸ ਅਫਸਰ ਨੂੰ ਇੱਕ ਪਗੋੜੇ ਤੇ ਪੂਰਾ ਸ਼ੱਕ ਸੀ ਪਰ ਸਬੂਤ ਕੋਈ ਨਹੀਂ ਸੀ ਉਹ ਮਿਲਦੇ ਰਹੇ ਕਿ ਦੂਜੇ ਦੇ ਘਰ ਵੀ ਗਏ ਅਫਸਰ ਨੇ ਇੱਕ ਦਿਨ ਕਿਹਾ ਮੈਂ ਤੇਰੀ ਕਾਮਯਾਬੀ ਦੀ ਖਬਰ ਉਡੀਕਾਂਗਾ ਪੁਲਿਸ ਅਫਸਰ ਦੇ ਸੰਕੇਤਾਂ ਤੋਂ ਪਗੋੜੇ ਨੇ ਸਮਝ ਲਿਆ ਕਿ ਉਹਦੀ ਦੌੜ ਮੁੱਕ ਗਈ ਹੈ। ਅਗਲੇ ਦਿਨ ਉਹਨੇ ਸਮਰਪਣ ਕਰ ਦਿੱਤਾ। ਅਫਸਰ ਨੇ ਕਿਹਾ ਚੰਗਾ ਕੀਤਾ ਕਿ ਤੂੰ ਆਪਣੀ ਸਮੱਸਿਆ ਆਪ ਹੀ ਹੱਲ ਕਰ ਲਈ। ਜੇ ਪਤਾ ਲੱਗ ਜਾਏ ਤਾਂ ਪਗੋੜੇ ਦੇ ਕਿਸੇ ਕੇ ਪਗੋੜੇ ਦੇ ਕਿਸੇ ਔਰਤ ਨਾਲ ਸੰਬੰਧ ਹਨ ਤਾਂ ਪੁਲਿਸ ਲਈ ਉਹਨੂੰ ਫੜਨਾ ਸੌਖਾ ਹੋ ਜਾਂਦਾ ਹੈ। ਜੇ ਕਿਸੇ ਪਰਿਵਾਰ ਦੀ ਧੀ ਕਿਸੇ ਪਗੋੜੇ ਦੇ ਪ੍ਰਭਾਵ ਅਧੀਨ ਹੋਵੇ ਤਾਂ ਮੱਪੇ ਪੁਲਿਸ ਦੀ ਮਦਦ ਕਰਦੇ ਹਨ। ਤਾਂ ਕਿ ਉਹਨਾਂ ਦੀ ਧੀ ਵਾਪਸ ਮਿਲ ਜਾਏ। ਪੁਲਿਸ ਅਜੇ ਵੀ ਪਰਿਵਾਰ ਉੱਤੇ ਦਬਾਅ ਬਣਾਈ ਰੱਖਦੀ ਹੈ। ਹਰ ਰੋਜ਼ ਪੁਲਿਸ ਦਾ ਆਉਣਾ ਪਰਿਵਾਰ ਨੂੰ ਪਰੇਸ਼ਾਨ ਕਰਦਾ ਹੈ। ਕੀ ਪਗੋੜੇ ਕਦੇ ਸਧਾਰਨ ਜੀਵਨ ਗੁਜ਼ਾਰ ਸਕਦੇ ਹਨ? ਬਹੁਤ ਮੁਸ਼ਕਲ ਹੁੰਦਾ ਹੈ। ਕਿਉਂਕਿ ਪਗੋੜੇ ਨੇ ਆਪਣੀ ਸਥਿਤੀ ਇੰਨੀ ਉਲਝਾ ਲਈ ਹੁੰਦੀ ਹੈ ਕਿ ਉਹ ਸਧਾਰਨ ਵਿਅਕਤੀ ਹੀ ਨਹੀਂ ਰਹਿੰਦਾ। ਜਿਨ੍ਹਾਂ ਦੇ ਬੰਦੇ ਉਹਨੇ ਮਾਰੇ ਹੁੰਦੇ ਐ ਉਹ ਭੁੱਲਦੇ ਨਹੀਂ। اپنی ਸਮਰਥਾ ਅਨੁਸਾਰ ਬਦਲਾ ਲੈਂਦੇ ਹੈ। ਕਈ ਵਾਰ ਕਿਸੇ ਵੱਡੀ ਵਾਰਦਾਤ ਕਾਰਨ ਪੁਲਿਸ ਦੀ ਚੌਕਸੀ ਵਧੀ ਹੋਣ ਕਰਕੇ ਕਈ ਪੁਰਾਣੇ ਅਪਰਾਧੀ ਸ਼ੱਕ ਦੇ ਆਧਾਰ ਤੇ ਫੜੇ ਜਾਂਦੇ ਹਨ। ਜੇ ਪਘੋੜੇ ਕੋਲ ਕੋਈ ਪਛਾਣ ਪੱਤਰ ਹੋਵੇ ਜਿਹੜਾ ਭਾਵੇਂ ਜਾਲੀ ਹੋਵੇ ਜਿਹੜਾ ਅਕਸਰ ਜਾਲੀ ਹੀ ਹੁੰਦਾ ਹੈ ਤਾਂ ਸੌਖਾ ਮਹਿਸੂਸ ਕਰਦਾ ਹੈ। ਪਰ ਜੇ ਪੁਲਿਸ ਨੂੰ ਪਤਾ ਲੱਗ ਜਾਏ ਕਿ ਪਛਾਣ ਪੱਤਰ ਜਾਲੀ ਹੈ ਤਾਂ ਪਘੋੜੇ ਦੀ ਅਸਲੀਅਤ ਜਾਣਨੀ ਸੌਖੀ ਹੁੰਦੀ ਹੈ। ਪੁਲਿਸ ਜਾਣਦੀ ਹੁੰਦੀ ਹੈ ਕਿ ਜੇ ਪਛਾਣ ਪੱਤਰ ਜਾਲੀ ਹੈ ਤਾਂ ਕਾਰ ਵੀ ਚੋਰੀ ਦੀ ਹੋਏਗੀ। ਪੁਲਿਸ ਅਪਰਾਧੀਆਂ ਤੇ ਪਗੋੜਿਆਂ ਦੀ ਸੂਚੀ ਵਿੱਚੋਂ ਉਹਨੂੰ ਲੱਭ ਲੈਂਦੀ ਹੈ। ਕਈ ਰਾਜਾਂ ਜਾਂ ਦੇਸ਼ਾਂ ਵਿੱਚ ਪ੍ਰਮੁੱਖ ਪਗੋੜਿਆਂ ਦੀਆਂ ਸੂਚੀਆਂ ਤਿਆਰ ਕੀਤੀਆਂ ਜਾਂਦੀਆਂ ਹਨ। ਕਿਸੇ ਸੂਚੀ ਵਿੱਚੋਂ ਜਦੋਂ ਕੋਈ ਮਾਰਿਆ ਜਾਂਦਾ ਹੈ ਤਾਂ ਉਹਦੀ ਖਾਲੀ ਥਾਂ ਭਰਨ ਲਈ ਪਗੋੜਿਆਂ ਵਿੱਚੋਂ ਚੋਣ ਕੀਤੀ ਜਾਂਦੀ ਹੈ। ਸੂਚੀ ਵਾਲੇ ਪਗੋੜਿਆਂ ਦਾ ਮਾਰਾ ਜਾਣਾ ਮਾਰਿਆ ਜਾਣਾ ਲਗਭਗ ਨਿਸ਼ਚਿਤ ਹੁੰਦਾ ਹੈ। ਪਗੜੀ ਵੱਲੋਂ ਚਿਰਾਂ ਤੋਂ ਉਡੀਕੀ ਜਾ ਰਹੀ ਦਰਵਾਜ਼ੇ ਤੇ ਜਦੋਂ ਦਸਤਕ ਹੁੰਦੀ ਹੈ ਤਾਂ ਸਭ ਕੁਝ ਟਹਿ ਟੇਰੀ ਹੋ ਜਾਂਦਾ ਹੈ। ਉਹਨੂੰ ਪਤਾ ਲੱਗ ਜਾਂਦਾ ਹੈ ਕਿ ਜਿਨ੍ਹਾਂ ਦਾ ਡਰ ਸੀ ਉਹ ਭੈੜੇ ਦਿਨ ਆ ਗਏ ਹਨ। ਪਰ ਮਾਰੇ ਜਾਣ ਤੋਂ ਬਚ ਜਾਣ ਕਰਨ ਨਿਰੰਤਰ ਸੁਣਨ ਕਰਨ ਵਾਲਾ ਡਰ ਮੁੱਕ ਜਾਂਦਾ ਹੈ। ਬਜ਼ੁਰਗ ਪਿਤਾ ਚਿਰਾਂ ਮਗਰੋਂ ਵੇਖੇ ਆਪਣੇ ਪੁੱਤਰ ਬਾਰੇ ਅਦਾਲਤ ਵਿੱਚ ਉਦਾਸ ਮਨ ਨਾਲ ਇਹ ਵੇਖਣ ਆਉਂਦਾ ਹੈ। ਕਿ ਪੁੱਤਰ ਨੂੰ ਉਮਰ ਕੈਦ ਹੁੰਦੀ ਹੈ ਕਿ ਮੌਤ ਦੀ ਸਜ਼ਾ ਮਿਲਦੀ ਹੈ ਧੰਨਵਾਦ